जनाब अस्सलाम वालेकुम जनाब, अज असी तुहानू जिहड़ा हैगा मंडी गुजरात मंडी जनाब दा विजिट करा रहे हैं, जिहड़ी कि मघोवाल दे कोल जनाब मंडी लगदी है। इत्थों दे जनाब तुहानू जानवर भी विखावांगे ते कीमतां भी दस्सांगे। माशाल्लाह घोड़ी तुसीं देखो, देसी घोड़ी है माशाल्लाह खूबसूरत। ਫਿਰ ਜੇ ਘੋੜੀ ਲਈ ਜੇ ਕਿ ਵੇਚਣੀ ਵੇਚਣੀ ਕਿੰਨੇ ਕਿੰਨੇ ਪੈਸੇ ਪਾਣੀ ਮੰਗ ਰਹੇ? 95 ਮੰਗ ਰਿਹਾ, 90 ਪਾਣੀ ਦਾ। ਤੇ ਉਮਰ ਕਿੰਨੀ ਕੁ ਹੈਗੀ? ਉਮਰ ਇੰਦੀ ਹੈ ਤਕਰੀਬਨ 4 ਸਾਲ ਲੱਗੇ। 4 ਸਾਲ ਲੱਗੇ। ਤੇ ਕਿੰਨੇ ਫਾਈਨਲ ਮੰਗ ਰਿਹਾ ਜੇ? 90 ਫਾਈਨਲ। 90,000 ਰੁਪਏ ਮੰਗ ਰਿਹਾ ਜੇ। ਤੇ ਕੋਈ ਰੇੜੇ ਛੇੜੇ ਦੇ ਵਿੱਚ ਕੋਈ ਕਰ ਲੱਗੀ ਹੋਈ? ਲੱਗੀ ਹੈ, ਸਵਾਰੀ ਤੇ ਵੀ ਲੱਗੀ ਹੈ। ਮੈਂ ਤੇ ਇਹਦੇ ਖਿਲਾਫ ਸਵਾਰੀ ਕਰ। ਰਾਈਡਿੰਗ ਵਾਸਤੇ ਰੱਖੀ ਸੀ ਤੁਸੀਂ? ਠੀਕ ਹੈ। ਤੇ ਕਿਹੜੀ ਜਗ੍ਹਾ ਤੋਂ ਵੇਚਦੇ ਆ ਇਹ? ਫਾਜ਼ਾਬਾਦ ਪਿੰਡ ਪੀਰਾਂ ਦਾ। ਕੋਈ ਨੰਬਰ ਸ਼ੰਬਰ ਤੁਹਾਡਾ ਹੈਗਾ? 0303 49 11 49 11 520 520। ਠੀਕ ਹੈ। ਤੇ ਕੋਈ ਪਿਆਰ ਮੁਹੱਬਤ ਇਹਦੇ 'ਚ ਕੀਮਤ 'ਚ ਹੋਰ ਹੋ ਜਾਏਗਾ ਜੀ? ਪਿਆਰ ਮੁਹੱਬਤ ਇੱਥੇ ਤੱਕ ਹੀ ਹੋਏਗਾ। 90। ਅੱਛਾ, 90 ਦੇ ਕਰਦੇ। ਕਿੰਨੀ ਕੁ ਦੇਰ ਤੁਸੀਂ ਰੱਖੀ? ਤੁਸੀਂ ਵੀ ਮੰਡੀ ਤੋਂ ਲਈ ਸੀ ਜਾਂ ਨਹੀਂ? ਅਸੀਂ ਲਿਆਂਦੇ ਸੀ ਦਰਿਆ ਤੋਂ, ਬੇਲੇ ਤੋਂ। ਤੇ ਹੁਣ ਸ਼ੌਕ ਪੂਰਾ ਹੋ ਗਿਆ ਜਾਂ ਕੀ ਵਜ੍ਹਾ? ਨਹੀਂ, ਸ਼ੌਕ ਨਹੀਂ, ਅੱਗੋਂ ਨੇਜ਼ਾਬਾਜ਼ੀ ਵਾਸਤੇ ਘੋੜਾ ਲੈਣਾ। ਮਾਸ਼ਾਅੱਲਾ। ਠੀਕ ਹੈ। ਇਸ ਵਜ੍ਹਾ ਤੋਂ ਘੋੜੀ ਦੇ ਇਹਨੇ ਸਵਾਰੀ ਕੀਤੀ ਹੈ 4 ਦਿਨ। ਅੱਛਾ। ਲਓ ਜੀ, ਨੇਜ਼ਾਬਾਜ਼ੀ ਵਾਸਤੇ ਘੋੜਾ ਲੈਣਾ ਜੀ ਉਹਨਾਂ ਨੇ। ਤੇ ਘੋੜੀ ਤੁਸੀਂ ਮਾਸ਼ਾਅੱਲਾ ਦੇਖੋ, ਪੈਰ ਪੂਰ ਵੇਖੋ, ਉਹਦੇ ਸੁੰਬ ਵੇਖੋ, ਪਿਛਲੀਆਂ ਗਾਮਚੀਆਂ ਵਗੈਰਾ ਤੁਸੀਂ ਵੇਖ ਸਕਦੇ ਜੇ ਪਿੱਛੋਂ। ਮਾਸ਼ਾਅੱਲਾ ਖੂਬਸੂਰਤ ਚੀਜ਼ ਜੀ। 90,000 ਰੁਪਇਆ ਜਨਾਬ ਇਹਦਾ ਮੁੱਲ ਕਰਦੇ ਨੇ। ਅਤੇ ਨੇਜ਼ਾਬਾਜ਼ੀ ਵਾਸਤੇ ਉਹਨਾਂ ਨੂੰ ਘੋੜਾ ਚਾਹੀਦਾ, ਅਤੇ ਉਹ ਇਸ ਲਈ ਘੋੜਾ ਵੇਚਣਾ ਚਾਹੁੰਦੇ ਜੇ। ਇਹ ਭਾਈ ਹੋਰ ਹੈਗੇ ਜੇ, ਠੀਕ ਹੋ ਗਿਆ। ਅਤੇ ਜਨਾਬ ਘੋੜੀ ਚੰਗੀ ਲੱਗੀ ਹੋਵੇ ਅਤੇ ਲੈਣਾ ਚਾਹੁੰਦੇ ਹੋ ਤਾਂ ਭਾਈ ਨਾਲ ਤੁਸੀਂ ਰਾਬਤਾ ਕਰ ਸਕਦੇ ਜੇ। ਫੋਨ ਨੰਬਰ ਜਨਾਬ, ਫੋਨ ਨੰਬਰ ਸਾਰੇ ਚੱਲਦਾ ਜੀ ਤੁਹਾਡਾ? ਉਹ ਵਟਸਐਪ ਵੀ ਹੈਗਾ ਜੇ? ਵਟਸ ਇਸੇ ਨੰਬਰ 'ਤੇ ਵਟਸਐਪ ਵੀ ਹੈ? ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ। ਇਹ ਕੀ ਘੋੜੀ ਦੀਆਂ ਜੂਹਾਂ ਕੱਢੀ ਜਾਂਦਾ? ਕਿੰਨੇ ਪੈਸਾ? ₹1,10,000। ਮੂੰਹ ਕੀ ਘੋੜੀ? ਹੈਂ? 5 ਸਾਲ। 1,10। ਨੰਬਰ ਕੀ ਹੈ? ਨੰਬਰ 0313 78 41 274। ਥੋੜ੍ਹੇ ਟਰਾਈ ਤੋਂ ਦਿਖਾ। ਲਓ ਜੀ, ਡਰਾਈਵ ਖਾ। ਓਏ ਘੋੜੀ ਸੂਈ ਹੋਈ ਓਏ। ਆ ਘੋੜੀ ਸੂਈ ਹੋਈ ਹੈ। ਬੱਚਾ ਕਿੱਥੇ ਦਾ? ਤੇ ਹਾਲੇ ਤਾਂ ਦੁੱਧ ਪੀਂਦਾ ਹੈ ਨਾ? ਤਾਜ਼ੀ ਸੂਈ ਹੈ ਨਾ? 3 ਮਹੀਨਿਆਂ ਦੀ ਫਿਰ ਗੱਬਣ। ਤੇ ਕਿੰਨੇ ਪੈਸੇ ਲਾਸਟ ਕਿੰਨੇ? 1,00,000 ਲਾਸਟ। ਲਓ ਜਨਾਬ, ਜਿਹੜੀ ਪਹਿਲੇ ਤੁਹਾਨੂੰ ਘੋੜੀ ਵਿਖਾਈ ਨਾ ਵੀਡੀਓ ਦੇ ਵਿੱਚ, ਉਹਦੀ ਜ਼ਰਾ ਟਰਾਈ ਤੁਹਾਨੂੰ ਵਿਖਾਉਂਦੇ। ਲਓ ਜੀ, ਇਹ ਟਰਾਈ ਤੁਹਾਨੂੰ ਵਿਖਾ ਦਿੰਦੇ ਘੋੜੀ ਦੀ। ਲਓ ਜੀ, ਮਾਸ਼ਾਅੱਲਾ ਖੂਬਸੂਰਤ ਘੋੜੀ ਹੈ। ਯਕੀਨ ਕਰੋ, ਖੂਬਸੂਰਤ ਘੋੜੀ ਹੈਗੀ। ਸਲਾਮ ਅਲੈਕੁਮ ਖਾਨ ਭਾਈ। ਖਾਨ ਭਾਈ, ਇਸਕਾ ਕਿਤਨਾ ਪੈਸਾ? ਇਸ ਤਰ੍ਹਾਂ ਲਾ ਜੀ 3,200। ਇਹ ਸਾਵੀ ਦਾ 30,200। ਲਓ ਜੀ, 30,000 ਰੁਪਇਆ ਜਨਾਬ ਘੋੜੀ ਦਾ ਰੇਟ ਹੈਗਾ ਜੀ। ਇਹ ਵੇਖੋ, 30,200 ਤੇ ਇਹਦਾ ਵੀ ਇੰਨਾ ਹੀ ਹੋਣਾ। ਇੱਕ ਓਵਰ ਗੇਨ ਹੈ 30,000। ਲਓ ਜੀ, 30,000 ਰੁਪਏ ਦੀ ਜਨਾਬ ਘੋੜੀ ਜੇ। ਚਲੋ ਜਨਾਬ, ਇੱਧਰ ਵੀ ਚੱਲਦੇ ਹਾਂ। ਇਹਦੇ ਕਿੰਨੇ ਪੈਸੇ? ਇਹ ਕਿੱਧਰ ਗਿਆ ਯਾਰ? ਹੈ ਜੀ ਜਨਾਬ 60,000 ਰੁਪਏ ਦੀ
जनाब को एक ही जे मुस्लिम शाह का जरा नंबर दिता है ना, ये मुस्लिम शाह के जानवर है सारे। बस कर तेन मारन वास्ते आख्या होया अड़ी नहीं करेगा जिधर मर्जी जा, जिथे मर्जी चढ़ा दियो कोठे से चार दुकान को कर बस बस लो जी ऐसा सौदा हो रहा जी ऐसे कोठी का कोठी का सौदा बखा वही गल यार खामोश होगा ना पागल के गमोश पेते तो मत खोलो खुली हुई ना होय दे खातिर तो वाले के जना बार है तो कर हाथ आ जाओ खान भाई कितने पैसे है इसके इसके 1,10,000 1,10,000 बस 10 तो बस तो जी 1,10,000 रुपया शाकी नंबर दस साहब का नंबर गवाच गए अगला भी कस्टमर दा दे ला दे कोई किनारे के दो खर्चा पा लोगे लो जी 1,10,000 रुपया जे पठान जे और सामने पठान जे जरा बोलदा पे एक घोड़ी है पठान को नंबर पूछ अबे दा नंबर बोल इधर आ इधर आ इधर आओ इधर जीरो 93,200,290। अच्छा इस घोड़े का कितना कितना हो जाएगा 1,10,000 घट नहीं होना तो किन्ने पैसे मंगते पैने किन्ने पैसे लाने पैने चलो 70 का रेड़ा दे दे 70 का रेड़ा काली दे दे 70,000 रुपये जरा घोड़ी का नंबर थोड़े को आ गया जनाब। तो वीडियो चंगी लगी हो तो लाइक एंड शेयर जरूर कीजिएगा तो मजीद जोड़ा है और तो खान है। अच्छा लाइव बता कितने कोल घोड़े हैं ये किन्ने वो किन्ने दे जरा ग्रुप है 50,000 रुपया तो आज नहीं मशीन खड़ी ये 80,000 रुपया लो जी।